ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਮਾਨਸ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਪਰਮਜੀਤ ਸਿੰਘ ਢਿੱਲੋਂ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਮਾਨਸ ਜਿੰਦਾਬਾਦ ਬਹੁਜਨ ਸਮਾਜ ਪਾਰਟੀ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਮਾਨਸ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਬਹੁਜਨ ਸਮਾਜ ਪਾਰਟੀ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਪਰਮਜੀਤ ਸਿੰਘ ਢਿੱਲੋਂ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਬਹੁਜਨ ਸਮਾਜ ਪਾਰਟੀ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਪਰਮਜੀਤ ਸਿੰਘ ਢਿੱਲੋਂ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਹੁਣ ਤੱਕੜੀ ਨਿਸ਼ਾਨੇ ਉੱਤੇ ਲਾ ਕੇ ਜੜ ਪੱਟੋ ਬਹੁਤ ਬਹੁਤ ਜੀਆਰ ਮਾਣਯੋਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਉਹਨਾਂ ਦੇ ਨਾਲ ਆਏ ਸਾਡੇ ਬਹੁਤ ਹੀ ਸਤਿਕਾਰਕ ਨਿਮਰਤਾ ਦੀ ਪੁੰਜ ਵਿਲੱਖਣ ਸ਼ਖਸੀਅਤ ਜਥੇਦਾਰ ਸਰਦਾਰ ਸਿੰਘ ਜੀ ਮਹਿਲਪੁਰ ਸਾਡੇ ਇਸ ਹਲਕੇ ਦੇ ਉਮੀਦਵਾਰ ਹਲਕਾ ਇੰਚਾਰਜ ਨੌਜਵਾਨ ਤੇ ਹੋਰ ਨਾਲ ਆਗੂ ਸਰਦਾਰ ਪਰਮਜੀਤ ਸਿੰਘ ਜੀ ਢਿੱਲੋਂ ਮੇਰੇ ਅਤਿ ਸਤਿਕਾਰਕ ਜਥੇਦਾਰ ਹਜੀਤ ਸਿੰਘ ਜੀ ਸ਼ੇਰੀਆ ਜਾਦੂ ਖੰਨਾ ਜੀ ਖਟੜਾ ਜੀ ਗੁਰਮੀਤ ਸਿੰਘ ਭੌਰਲਾ ਜੀ ਇਹਨਾਂ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ ਜਿਹੜੀਆਂ ਸਾਡੇ ਵਿੱਚ ਪਹੁੰਚੀਆਂ ਨੇ ਇਹਨਾਂ ਨੂੰ ਬੁੱਧ ਪੌਰ ਦੀ ਇਸ ਬੇਟ ਦੀ ਪਵਿੱਤਰ ਧਰਤੀ ਤੇ ਪਹੁੰਚਣ ਦੇ ਲਈ ਜੀ ਆਇਆਂ ਆਖਦੇ ਹਾਂ। ਨਾਲ ਦੀ ਨਾਲ ਮੈਂ ਨਿਮਰਤਾ ਸਾਹਿਬ ਬੇਨਤੀ ਕਰਦਾ ਕਿਉਂਕਿ ਟਾਈਮ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੈ, ਧੁੱਪ ਦਾ ਵੀ ਸਿਖਰ ਹੈ, ਤੁਹਾਡੇ ਰੀਣੀ ਆ ਕਿ ਇੰਨੀ ਧੁੱਪ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਤੁਸੀਂ ਆਪਣੇ ਇਸ ਮਹਿਬੂਬ ਨੇਤਾ ਨੂੰ ਸੁਣਨ ਦੇ ਲਈ ਦੇਖਣ ਦੇ ਲਈ ਇੱਥੇ ਬੈਠੇ ਹੋ, ਇਸ ਲਈ ਤੁਹਾਡੇ ਸਾਡਾ ਰੋਮ ਰੋਮ ਕਰਜਈ ਆ ਤੁਹਾਡੇ ਲਈ। ਮੈਂ ਜ਼ਿਆਦਾ ਸਮਾਂ ਤੁਹਾਡੇ ਵਿੱਚ ਨਹੀਂ ਲੈਣਾ, ਮੈਂ ਬੇਨਤੀ ਕਰਦਾ ਸਾਡੇ ਸਰਕਲ ਦੇ ਪ੍ਰਧਾਨ ਮੇਰੇ ਸਤਿਕਾਰਤ ਛੋਟੇ ਵੀਰ ਸਰਦਾਰ ਹਦੀਪ ਸਿੰਘ ਜੀ ਬਹਿਲੋਲਪੁਰ ਸਰਕਲ ਪ੍ਰਧਾਨ ਹਿੰਡੋ ਵੇਟ ਸਰਕਲ, ਇਹਨਾਂ ਨੂੰ ਬੇਨਤੀ ਕਰਦਾ ਕਿ ਆਉਣ ਤੇ ਆਪਣੇ ਮਹਿਬੂਬ ਨੇਤਾ ਨੂੰ ਜੀ ਆਇਆਂ ਆਖਣ, ਜਥੇਦਾਰ ਹਰਦੀਪ ਸਿੰਘ ਜੀ ਬਹਿਲੋਲਪੁਰ। ਮੇਰੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਸਾਹਿਬ ਜੀ, ਮੈਂ ਬੇਨਤੀ ਇੱਕ ਜ਼ਰੂਰ ਕਰਾਂਗਾ, ਰਾਜਪੂਤ ਭਾਈਚਾਰਾ ਇਕੱਠਾ ਹੋਇਆ, ਕੋਈ ਸਾਡੇ ਸਰਪੰਚ ਪੰਚ ਆਏ ਨੇ ਤੇ 15 ਦਿਨ ਹੋ ਗਿਆ ਸੇਵਾ ਕਰਦਿਆਂ ਨੂੰ, ਉਹਨਾਂ ਦਾ ਨਾਮ ਕਿਸੇ ਦਾ ਵੀ ਨਹੀਂ ਤੁਸੀਂ ਲੈਂਦੇ। ਅਸੀਂ ਇਹ ਬੇਨਤੀ ਕਰਦੇ ਹਾਂ ਤੁਹਾਡੇ ਸਾਹਮਣੇ ਵੀ ਸਾਡੇ ਕਿਸੇ ਵੀ ਸਾਡੇ ਸਰਪੰਚ ਪੰਚ ਸਾਡੇ ਅਕਾਲੀ ਦਲ ਸਾਹਮਣੇ ਤੇ ਉਹਨਾਂ ਦਾ ਕਿਸੇ ਦਾ ਨਾਂ ਨਹੀਂ ਲੈ ਰਹੇ। ਮਾਨਯੋਗ ਪ੍ਰਧਾਨ ਸਾਹਿਬ, ਸਾਰੀ ਸਮੁੱਚੀ ਸੰਗਤ ਵੱਲੋਂ ਆਪ ਜੀ ਨੂੰ ਬਹੁਤ ਹੀ ਆਦਰ ਸਹਿਤ ਜੀ ਆਇਆ ਕਹਿੰਦੇ ਆ, ਕਿਉਂਕਿ ਪਿਛਲੇ 10 ਦਿਨਾਂ ਤੋਂ ਸਮੁੱਚੀ ਸੰਗਤ ਨੇ, ਕਿਉਂਕਿ ਜਿਹੜਾ ਸਾਡਾ ਇਲਾਕਾ ਇਹ ਬਹੁਤ ਹੀ ਗਰੀਬ ਤੇ ਪਛੜੇ ਹੋਏ ਇਲਾਕਾ, ਸਾਰੀ ਜਥੇਬੰਦੀ ਦਾ ਸਮੁੱਚੇ ਭਾਈਚਾਰੇ ਦਾ ਖਾਸ ਕਰਕੇ ਰਾਜਪੂਤ ਭਾਈਚਾਰੇ ਦਾ ਬਹੁਤ ਵੱਡਾ ਸਹਿਯੋਗ ਆ। ਜਿਸ ਤਰ੍ਹਾਂ ਨੇ ਪਹਿਲਾਂ ਸਰਦਾਰ ਕਰਨੈਲ ਸਿੰਘ ਨੇ ਜ਼ਿਕਰ ਕੀਤਾ ਉਹ ਬਿਲਕੁਲ ਹਕੀਕਤ ਆ, ਅਸੀਂ ਸਾਰੇ ਤੁਹਾਡੇ ਵੀਰੋ ਰਿਣੀ ਆ ਔਰ ਅਸੀਂ ਪ੍ਰਧਾਨ ਜੀ ਦਾ ਇੱਥੇ ਆਉਣ ਤੋਂ ਆਉਣ ਤੇ ਸਾਰੀ ਸੰਗਤ ਵੱਲੋਂ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਔਰ ਸਮੁੱਚਾ ਜਿਹੜਾ ਯੂਥ ਬ੍ਰਿਗੇਡ ਆ ਉਹਨਾਂ ਵੱਲੋਂ
अपने दिल दिया गहराइया चो जी आया कहने वाहेगुरु जी का खालसा वाहेगुरु जी की फतेह। हुण सरदार सुखबीर सिंह बादल साहब जी का समुची संगत वालों और बुरज पवार पिंड गौके शराबगढ़ और समुची संगत वालों सन्मान किया जा रहा सरदार सुखबीर सिंह जी बादल प्रधान श्रोमणी अकाली दल और सरदार परमजीत सिंह ढिल्लों और जथेदार संत सिंह अमृतपुर साहब उन्हों का भी सारे के नाल जी आया कहने वाहेगुरू जी का खालसा वाहेगुरू जी की फतेह। साडे विच हाजर ने साडे बहुत ही सत्कार योग जिन्होंने दिन रात एक करके इस कठ दे विच योगदान पाया ढाडी करनैल सिंह जी सरपंच जरनैल सिंह कौंगे जी जथेदार मान सिंह बुरज पवार जी गुरनाम सिंह बुरज पवार जी गुरमीत सिंह बुरज पवार जी ते वक्ख वक्ख नगरां दे और सारे सरपंच साहबान जसवंत सिंह नंबरदार शताबगढ़ बहुत ही सत्कारित सारे नगर के सरपंच साहबान श्रोमणी अकाली दल के दर्जा वधादा अहुदेदार साहबान जिन्हां दे विच यूथ अकाली दल के साडे इत्थे हिंदू सर्कल के प्रधान सरदार रुपिंदर सिंह जी छौड़िया कावल सिंह जी अकालगढ़ मैं इन्होंने सारे का भी धन्यवाद करना। मैं किन्ना भी मंगना कुछ बंद ने ना रह जाते ने पर समा इजाजत नहीं दिता जे किसी का ना रह गया तो मैं उसलिए हाथ जोड़ के सारे तो खिमा मंगता। मैं प्रधान साहब के ध्यान इस इलाके दो चार मंगा ने जिड़िया के साडे इस नगर ने साडे कौके नगर ने ताडी करनैल सिंह जी सरदार जरनैल सिंह जी जथेदार मान सिंह जी होरां ने इस इलाके की मंग रखी है।